ਤੁਸੀਂ ਇੰਦਰਧਨੁਸ਼ੀ ਰੰਗਾਂ ਦੀ ਮਿਲਾਵਟ ਕਰ ਸਕਦੇ ਹੋ। ਇੱਕ ਮੋਟਾ ਪਾਰਦਰਸ਼ੀ ਰੰਗਦਾਰ ਕਾਗਜ਼, ਤਿੰਨ ਇੱਕ ਦੇ ਉੱਤੇ ਇੱਕ ਲਾਈਆਂ ਹੋਈਆਂ ਖਿੜਕੀਆਂ, ਖਿੜਕੀਆਂ 'ਤੇ ਗੂੰਦ ਲਾਓ ਅਤੇ ਇਹਨਾਂ ਉੱਤੇ ਪਾਰਦਰਸ਼ੀ ਰੰਗ ਬਿਰੰਗੇ ਕਾਗਜ਼ ਲਾ ਦਿਓ। ਹੁਣ ਤੁਹਾਡੀ ਰੰਗਾਂ ਦੀ ਮਿਲਾਵਟ ਤਿਆਰ ਹੈ। ਜਦੋਂ ਤੁਸੀਂ ਨੀਲੀ ਖਿੜਕੀ ਨੂੰ ਪੀਲੀ 'ਤੇ ਰੱਖੋਗੇ ਤਾਂ ਹਰਾ ਰੰਗ ਨਜ਼ਰ ਆਵੇਗਾ, ਜਦੋਂ ਨੀਲੀ ਨੂੰ ਲਾਲ 'ਤੇ ਰੱਖੋਗੇ ਤਾਂ ਜਾਮਨੀ ਰੰਗ, ਅਤੇ ਜੇ ਲਾਲ ਖਿੜਕੀ ਨੂੰ ਪੀਲੀ 'ਤੇ ਰੱਖੋਗੇ ਤਾਂ ਨਾਰੰਗੀ ਰੰਗ ਨਜ਼ਰ ਆਉਂਦਾ ਹੈ। ਜੇ ਤੁਸੀਂ ਰੰਗ ਬਿਰੰਗੇ ਫੁੱਲ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੋਵਾਂ ਵਿੱਚੋਂ ਦੋ ਡਿਸਕ ਕੱਢੋ ਅਤੇ ਟਿਚ ਬਟਨ ਨਾਲ ਜੋੜੋ। ਜੇ ਤੁਸੀਂ ਇੱਕ ਡਿਸਕ ਨੂੰ ਦੂਜੀ ਦੇ ਉੱਪਰ ਘੁਮਾਉਂਦੇ ਹੋ ਤਾਂ ਤੁਹਾਨੂੰ ਸੁੰਦਰ ਰੰਗ ਬਿਰੰਗੇ ਫੁੱਲ ਦਿਖਣਗੇ। ਤੁਸੀਂ ਇਸ ਦੀ ਵਰਤੋਂ ਨਾਲ ਡਿਸਕੋ ਦੀਆਂ ਲਾਈਟਾਂ ਵੀ ਬਣਾ ਸਕਦੇ ਹੋ।